ਅੱਜ ਮੈਂ ਤੁਹਾਨੂੰ ਦਿਖਾਊਂਗਾ ਵੀ 3 ਤੇ 5 15 ਕਿਵੇਂ ਹੁੰਦੇ ਆ। 3 ਤੇ 5 ਤੁਸੀਂ 5 3 ਵਾਰੀ ਗਿਣੋ, 1 2 3 4 5 ਫਿਰ ਹੋਰ 5 ਗਿਣੋ, 5 3 ਤੇ 5 15 ਹੁੰਦੇ ਆ। ਹੁਣ ਮੈਂ ਮਠਿਆਈ ਦੇ ਨਾਲ ਦਿਖਾਊਂਗਾ ਵੀ 3 ਤੇ 5 15 ਕਿਵੇਂ ਹੁੰਦੇ ਆ। ਮਠਿਆਈ ਗਿਣੋ, 5 ਹੋਰ 5 ਲਿਖੋ ਅਤੇ ਹੋਰ 5 3 ਤੇ 5 15 ਹੁੰਦੇ ਆ। 3 times 5 equals to 5 plus 5 plus 5, which equals to 15.